ਜੀ ਤੁਹਾਡਾ ਕਦੋਂ ਹੋਇਆ ਸੀ ਮਿਨੀ ਗੈਸਟ੍ਰਿਕ ਬਾਈਪਾਸ ਕਿੰਨੀ ਦੇਰ ਹੋ ਗਈ 3 ਸਾਲ ਹੋ ਚੁੱਕੇ ਜੀ ਅੱਛਾ ਇਹਦੇ 'ਚ ਪਹਿਲਾਂ ਕੀ ਪ੍ਰੋਬਲਮ ਸੀਗੀਆਂ ਤੁਹਾਨੂੰ ਜਦੋਂ ਤੁਸੀਂ ਸਰਜਰੀ ਕਰਾਉਣ ਆਏ ਹੋ ਹਾਂਜੀ ਪਹਿਲਾਂ ਸ਼ੂਗਰ ਵਗੈਰਾ ਬਲੱਡ ਪ੍ਰੈਸ਼ਰ ਸਾਰਾ ਕੁਛ ਬਿਮਾਰੀਆਂ ਅੱਛਾ ਕਰਾੜੇ ਭਜਦੇ ਸੀ ਕਰਾੜੇ ਭਜਦੇ ਸੀ ਸ਼ੂਗਰ ਕਿੰਨੀ ਕੁ ਰਹਿੰਦੀ ਸੀਗੀ ਸ਼ੂਗਰ ਤਾਂ ਬਹੁਤ ਜ਼ਿਆਦਾ ਸੀ ਅਤੇ ਮੈਂ ਹਾਈ ਸੀ 2 ਗੋਲੀਆਂ ਸਵੇਰ ਨੂੰ 500-100 ਵਾਲੀ ਤਾਂ ਅੱਛਾ 2 ਸ਼ਾਮ ਨੂੰ ਖਾਂਦਾ ਸੀ ਜ਼ਿਆਦਾ ਰਹਿੰਦੀ ਸੀ ਜ਼ਿਆਦਾ ਸੀ ਅਤੇ ਹੁਣ ਫਿਰ ਗੋਲੀ ਦੀ ਲੋੜ ਪੈਂਦੀ ਹੈ ਨਹੀਂ ਹੁਣ ਠੀਕ ਹੈ ਆਲਵੇਜ਼ ਨੋਰਮਲ ਰਹਿੰਦੀ ਹੈ ਜਦੋਂ ਵੀ ਚੈੱਕ ਕਰਦੇ ਹਾਂ ਜੀ ਅਤੇ ਜਿਹੜੀਆਂ ਗੋਲੀਆਂ ਸੀ ਕਿੰਨੀ ਦੇਰ ਬਾਅਦ ਇਹ ਛੁੱਟ ਗਈਆਂ ਤੁਹਾਡੀਆਂ ਬੰਦ ਹੋ ਗਈਆਂ ਬਸ ਉਦੋਂ ਮਹੀਨੇ ਦੇ ਵਿੱਚ ਹੀ ਛੁੱਟ ਗਈਆਂ ਸੀ ਜਦੋਂ ਮਹੀਨੇ ਬਾਅਦ ਮੈਂ ਉੱਥੇ ਚੈੱਕਅਪ ਕਰਾਇਆ ਸੀ ਜਾ ਕੇ ਫਿਰ ਨੋਰਮਲ ਆਉਂਦਾ ਸੀ ਨੋਰਮਲ ਆਉਂਦਾ ਓਕੇ ਅਤੇ ਵਾਟ ਅਬਾਊਟ ਸਨੋਰਿੰਗ ਜਿਹੜਾ ਘਰਾੜੇ ਗਰਦਨ ਭਾਰੀ ਸੀ ਉਹ ਸਾਰਾ ਉਹ ਕਿੰਨੀ ਦੇਰ 'ਚ ਠੀਕ ਹੋ ਗਏ ਸੀ ਉਹ ਤਾਂ ਬਸ ਹਫ਼ਤੇ ਬਾਅਦ ਠੀਕ ਹੋ ਗਏ ਸੀ ਅੱਛਾ ਹਾਂਜੀ ਰਾਈਟ ਅਤੇ ਹੋਰ ਕੀ ਪ੍ਰੋਬਲਮ ਸੀ ਤੁਹਾਡੀਆਂ ਬਲੱਡ ਪ੍ਰੈਸ਼ਰ ਵਗੈਰਾ ਠੀਕ ਰਹਿੰਦਾ ਉੱਥੇ ਚੈੱਕ ਕਰਦੇ ਹੁੰਦੇ ਹਾਂਜੀ ਅੱਛਾ ਉੱਦਾਂ ਸਰੀਰ ਫਿੱਟ ਆ ਪੂਰਾ ਐਨ ਪੂਰਾ ਫਿੱਟ ਆ ਅੱਛਾ ਦੇਖੋ ਇਹਦੇ 'ਚ ਨਾ ਆਪਾਂ ਲੌਂਗ ਟਰਮ ਬਾਰੇ ਡਿਸਕਸ ਕਰਨਾ ਅੱਜ ਜਿਵੇਂ ਇੱਕ ਦੋ ਤੁਹਾਡੇ ਇਸ਼ੂ ਸੀਗੇ ਪਹਿਲਾਂ ਇੱਕ ਤਾਂ ਐਲਕੋਹਲ ਦਾ ਸੀ ਹਾਂਜੀ ਜੇ ਮੈਂ ਦੇਖ ਰਿਹਾ ਸਾਡੇ ਰੈਕਡ 'ਚ ਹੈਗਾ ਵੀ ਤੁਸੀਂ ਤਕਰੀਬਨ ਹਾਫ ਬੋਟਲ ਪੀ ਜਾਂਦੇ ਸੀ ਪਹਿਲਾਂ ਕਦੇ ਕਦੇ ਇਸ ਤੋਂ ਜ਼ਿਆਦਾ ਵੀ ਹੋ ਜਾਂਦਾ ਸੀਗਾ ਹਾਂਜੀ ਉਹਦੇ ਬਾਰੇ ਮੈਨੂੰ ਦੱਸੋ ਵੀ ਹੁਣ ਜਿਵੇਂ ਆਪਾਂ ਸਰਜਰੀ ਤੋਂ ਬਾਅਦ ਕਹਿੰਦੇ ਹਾਂ ਵੀ ਤੁਸੀਂ ਨਾ ਜ਼ਿਆਦਾ ਨਾ ਪੀਓ ਅਤੇ ਤੁਹਾਡਾ ਕਿਵੇਂ ਰਿਹਾ ਇਹ ਪੀਰੀਅਡ ਪਹਿਲਾਂ ਤਾਂ ਠੀਕ ਸੀਗਾ ਹੁਣ ਜਿੱਦਾਂ ਪਾਰਟੀ ਵਗੈਰਾ ਤਾਂ ਜ਼ਿਆਦਾ ਹੋ ਜਾਂਦੀ ਨਹੀਂ ਨੋਰਮਲੀ ਤਾਂ ਠੀਕ ਹੀ ਨੋਰਮਲੀ ਇੱਕ ਦੋ ਪੈਗ ਹੀ ਲਾਉਂਦੇ ਹਾਂ ਹਾਂਜੀ ਅੱਛਾ ਠੀਕ ਇਹਦੇ 'ਚ ਨਾ ਮੇਰਾ ਕਾਫੀ ਵਾਸਟ ਐਕਸਪੀਰੀਅੰਸ ਹੈ ਕਿਉਂਕਿ ਆਪਣੇ ਪੰਜਾਬੀ ਤੁਹਾਨੂੰ ਪਤਾ ਵੀ ਹਾਂਜੀ ਸ਼ਰਾਬ ਹਰ ਘਰ 'ਚ ਹੈ ਹਾਂਜੀ ਹਾਂਜੀ ਅਤੇ ਕੋਈ ਨਾ ਕੋਈ ਤਾਂ ਪੀਣ ਵਾਲਾ ਹੁੰਦਾ ਅਤੇ ਇਹਦੇ ਵਿੱਚ ਮੈਂ ਇਹ ਦੇਖਿਆ ਕਿ ਜਿਹੜੀ ਇਹ ਸਰਜਰੀ ਹੈ ਇਹਨੂੰ ਤੁਸੀਂ ਇੱਕ ਤਰ੍ਹਾਂ ਦਾ ਟੂਲ ਸਮਝ ਕੇ ਚੱਲੋ ਹਾਂਜੀ ਵੀ ਜਿਵੇਂ ਆਪਾਂ ਕਾਰ ਲੈ ਲੈਂਦੇ ਹਾਂ ਉਹਨੂੰ ਡਰਾਈਵ ਖੁਦ ਕਰਨਾ ਹਾਂਜੀ ਇਹਦੇ ਵਿੱਚ ਹੁਣ ਕੈਲੋਰੀਜ਼ ਆ ਜਿਹੜਾ ਆਪਣਾ ਪੈਗ ਆ ਪੰਜਾਬੀਆਂ ਦਾ ਹਾਂਜੀ ਆਪਾਂ 30 ml ਦਾ ਤਾਂ ਬਣਾ ਹੀ ਨਹੀਂ ਸਕਦੇ ਹਾਂਜੀ ਹਾਂਜੀ 30 ml ਤਾਂ ਤੁਹਾਨੂੰ ਪਤਾ ਵੀ ਕਿਹਨੂੰ ਕਹਿੰਦੇ ਆ ਹਾਂਜੀ 100 ml ਜੇ ਤੁਸੀਂ ਦੇਖੋ ਉਹ 'ਚ ਜਿੰਨੀਆਂ ਕੈਲੋਰੀਜ਼ ਆ ਉਹਨੀਆਂ 4 ਰੋਟੀਆਂ 'ਚ ਹਾਂਜੀ ਇੱਕ ਤਾਂ ਇਹ ਹੋ ਜਾਂਦਾ ਜਦੋਂ ਐਲਕੋਹਲ ਜ਼ਿਆਦਾ ਕਰਾਂਗੇ ਤਾਂ ਵੇਟ ਗੇਨ ਹੋਣਾ ਸ਼ੁਰੂ ਹੋ ਜੂਗਾ ਕਿਉਂਕਿ ਜਿਹੜੀ ਇਹ ਸਾਇੰਸ ਆ ਮੋਟਾਪੇ ਦੀ ਹੈ ਤਾਂ ਇਹ ਗੇਨ ਕਰਨ ਦੀ ਆ ਨਾ ਹਾਂਜੀ ਸ਼ੂਗਰ 1+1=2 ਹਾਂਜੀ 2+1=3 ਸੋ ਉਹ ਦੇਖਣਾ ਪਊਗਾ ਆਪਾਂ ਨੂੰ ਜੇ ਆਪਾਂ ਹੁਣ ਇਹਦੇ ਨਾਲ ਕੀ ਆ ਆਪਾਂ ਜ਼ਿਆਦਾ ਨਹੀਂ ਖਾਂਦੇ ਕਿੰਨੀਆਂ ਰੋਟੀਆਂ ਪਰ ਫਿਰ ਵੀ 2 ਤਾਂ ਖਾ ਲੈਂਦੇ ਕਿਉਂਕਿ ਜੇ ਹੁਣ 2 ਆਪਾਂ ਐਵੇਂ ਦਾ ਡਿਜ਼ਾਈਨ ਬਣਾਉਣਾ ਪੈਂਦਾ ਕਿ ਬੰਦਾ ਉਨਾ ਕੁ ਖਾ ਲਏ ਕਿ ਦਿਮਾਗ ਨੂੰ ਰਾਜ ਆ ਜਾਵੇ ਹਾਂਜੀ ਪਲੱਸ ਬਾਈਪਾਸ ਕੀਤਾ ਹੋਇਆ ਉਹਦੇ ਨਾਲ ਜਮ੍ਹਾਂ ਘੱਟ ਹੁੰਦਾ ਹੁਣ ਲੈਟਰਿਨ 'ਚ ਆਇਲ ਜਾਂ ਕਦੇ ਨਿਕਲਦਾ ਜੇ ਜ਼ਿਆਦਾ ਆਇਲ ਖਾਂਦੇ ਆਇਲ ਖਾਂਦੇ ਪਰ ਤੁਸੀਂ ਇਹ ਟਰਾਈ ਕਰ ਸਕਦੇ ਹੋ ਜੇ ਜ਼ਿਆਦਾ ਕਿਤੇ ਹੁਣ ਰਾਤ ਨੂੰ ਕਦੇ ਦੇਖਿਓ ਤੁਸੀਂ 4 ਚਮਚ ਪਾ ਲਓ ਮੱਖਣ ਦੇ ਹਾਂਜੀ ਯੂ ਵਿਲ ਸੀ ਦੈਟ ਆਇਲ ਗੈਟਿੰਗ ਆਊਟ ਇਨ ਦ ਸਟੂਲਸ ਅਤੇ ਉਹ ਇਹਦੀ ਪਾਵਰ ਹੈ ਸਰਜਰੀ ਦੀ ਬਟ ਉਹ ਵੀ ਗ੍ਰੈਜੂਅਲੀ ਜਿਵੇਂ ਜਿਵੇਂ ਓਪਰੇਸ਼ਨ ਪੁਰਾਣਾ ਹੁੰਦਾ ਜਾਂਦਾ ਨਾ ਬੋਡੀ ਇਹਨੂੰ ਅਡੈਪਟ ਵੀ ਕਰਦੀ ਆ ਤਾਂ ਹੀ ਇੱਕ ਸਟੇਜ 'ਤੇ ਆ ਕੇ ਦੇਖੋ ਤੁਸੀਂ ਪਹਿਲਾਂ ਵੇਟ ਜ਼ਿਆਦਾ ਘੱਟਦਾ ਸਾਰੇ ਕਹਿਣ ਲੱਗ ਜਾਣਗੇ ਕੀ ਹੋ ਗਿਆ ਕੀ ਹੋ ਗਿਆ ਫਿਰ ਥੋੜ੍ਹਾ ਗੇਨ ਵੀ ਹੁੰਦਾ ਠੀਕ ਹੈ ਹੁਣ ਜਿਹੜਾ ਫੇਜ਼ ਆ ਤੁਹਾਡਾ ਹੁਣ ਚਿਹਰੇ 'ਤੇ ਪੂਰੀ ਰੌਣਕ ਹੈ ਕੋਈ ਪ੍ਰੋਬਲਮ ਨਹੀਂ ਹੁਣ ਬਸ ਇਹ ਹੈ ਕਿ ਆਪਾਂ ਵੇਟ ਜ਼ਿਆਦਾ ਵੀ ਨਹੀਂ ਵਧਾਉਣਾ ਜੇ ਜ਼ਿਆਦਾ ਡਰਿੰਕ ਕਰਾਂਗੇ ਜ਼ਿਆਦਾ ਮਿੱਠਾ ਖਾਵਾਂਗੇ ਥੋੜ੍ਹਾ ਉੱਪਰ ਆਊਗਾ ਉੱਥੇ ਹੀ ਕੰਟਰੋਲ ਕਰੋ ਦੂਜਾ ਵਰਜਿਸ਼ ਦਾ ਇਹ 'ਚ ਬਿਗ ਰੋਲ ਤਾਂ ਕਰਕੇ ਹੈ ਕਿਉਂਕਿ ਇਕੱਲਾ ਵਜ਼ਨ ਘਟਣ ਨਾਲ ਗੱਲ ਨਹੀਂ ਬਣਦੀ ਉਹਦੇ ਨਾਲ ਤੁਹਾਡੇ ਮਸਲ ਵੇਟ ਵੀ ਘਟ ਜਾਊਗਾ ਹੱਡੀਆਂ ਦਾ ਭਾਰ ਵੀ ਘਟ ਜਾਊਗਾ ਸੋ ਵੀ ਡੋਂਟ ਵਾਂਟ ਟੂ ਲੂਜ਼ ਵੇਟ ਐਟ ਦਾ ਕੋਸਟ ਆਫ ਬੋਨਸ ਐਂਡ ਮਸਲਸ ਠੀਕ ਹੈ ਇਹ ਸਰਜਰੀ ਤਾਂ ਇੱਕ ਸਿੰਪਲ ਸਮਝ ਲਓ ਵੀ ਮੈਥਮੈਟਿਕਸ ਆ ਆਪਾਂ ਪਹਿਲਾਂ ਜਮ੍ਹਾਂ ਜ਼ਿਆਦਾ ਹੋ ਰਿਹਾ ਸੀ ਆਪਾਂ ਕਹਿੰਦੇ ਹਾਂ ਥੋੜ੍ਹਾ ਖਾ ਲਈਏ ਅਤੇ ਉਨਾ ਜਮ੍ਹਾਂ ਨਾ ਹੋਵੇ ਕੁਛ ਬਾਈਪਾਸ ਕਰ ਦਈਏ ਹੁਣ ਜਿਵੇਂ ਤੁਸੀਂ ਦੇਖਿਆ ਸ਼ੂਗਰ ਤੁਹਾਡੀ ਕੋਲੈਸਟਰੋਲ ਬਲੱਡ ਪ੍ਰੈਸ਼ਰ ਘਰਾੜੇ ਹੁਣ ਆਪਾਂ ਦੇਖਦੇ ਹਾਂ ਆਪਣੇ ਯੰਗ ਬੰਦੇ ਕਈ ਵਾਰ ਸੁੱਤੇ ਪਏ ਰਹਿ ਜਾਂਦੇ ਆ ਘਰਾੜੇ ਮਾਰਦੇ ਹਾਂਜੀ ਆਪਾਂ ਸੋਚਦੇ ਹਾਂ ਪਤਾ ਨਹੀਂ ਕੀ ਹੋਇਆ ਹੋਰ ਜਿੰਨੀਆਂ ਵੀ ਪ੍ਰੋਬਲਮਸ ਹੈਗੀਆਂ ਸ਼ੂਗਰ ਹੈਗੀ ਆ ਹਾਂਜੀ ਅਤੇ ਉਹ ਸਾਰੀਆਂ ਬੈਟਰ ਹੋ ਜਾਣੀਆਂ ਕਿਉਂਕਿ ਜਮ੍ਹਾਂ ਘੱਟ ਹੋਣਾ ਠੀਕ ਹੈ ਬਟ ਆਹ ਧਿਆਨ ਰਵੇ ਕਿ ਵਰਜਿਸ਼ ਬਹੁਤ ਜ਼ਰੂਰੀ ਆ ਵਰਜਿਸ਼ ਨੇ ਤੁਹਾਡੀ ਜਿਹੜੀ ਬਾਡੀ ਨੂੰ ਟੋਨ ਅਪ ਕਰਕੇ ਨਹੀਂ ਤਾਂ ਮਾਸਰ ਤੁਹਾਡੇ એનર્ਜੀ ਲੈਵਲ ਗੁੱਡ ਰਹਿਣਗੇ ਅਦਰਵਾਈਜ਼ ਜੇ ਕਿਸੇ ਨੇ ਹੁਣ ਮੰਨ ਲਓ ਕੱਲਾ ਵੇਟ ਘਟਾ ਲਿਆ ਫਿਰ ਉਹ ਜੇ ਮਸਲ ਵੀਕਨੈਸ ਹੋ ਜਾਏਗੀ ਜੇ ਆਪਣੇ ਮਸਲ ਵੇਸਟ ਹੋ ਗਏ ਨਾ ਫਿਰ ਤੁਹਾਨੂੰ ਲੱਗਾ ਬਾਡੀ 'ਚ ਜਿਹੜੀ એનર્ਜੀ ਲੈਵਲ ਘਟ ਗਈ ਕਿਉਂਕਿ ਅਸੀਂ ਇਹ ਰੋਜ਼ ਬੜੀ ਡਿਟੇਲ 'ਚ ਦੇਖਦੇ ਰਹਿੰਦੇ ਹਾਂ ਸੋ ਯੂ ਨੀਡ ਟੂ ਪੁੱਟ ਯੂਅਰ ਮਸਲਸ ਟੂ ਵਰਕ ਠੀਕ ਹੈ ਵਰਕਆਊਟ ਕਰਨਾ ਬੰਦ ਨਹੀਂ ਕਰਨਾ ਐਲਕੋਹਲ ਲਾਈਕ ਅ ਨੋਰਮਲ ਪਰਸਨ ਲੈ ਸਕਦੇ ਬਟ ਬਹੁਤ ਜ਼ਿਆਦਾ ਨਹੀਂ ਲੈਣੀ ਜ਼ਿਆਦਾ ਲਵਾਂਗੇ ਤਾਂ ਤੁਹਾਨੂੰ ਦੱਸਿਆ ਫਿਰ ਲਿਵਰ ਡੈਮੇਜ ਹੋਰ ਚੀਜ਼ਾਂ ਅਲਸਰਸ ਉਹ ਵੀ ਹੋ ਸਕਦੇ ਆ ਠੀਕ ਹੈ ਅਤੇ ਡੋਂਟ ਟੇਕ ਐਵਰੀਥਿੰਗ ਫੋਰ ਗ੍ਰਾਂਟਿਡ ਆਪਾਂ ਇਹ ਕਿ ਥੋੜ੍ਹਾ ਜਿਹਾ ਬੈਲੈਂਸ ਹੀ ਰਹੀਏ ਤਾਂ ਫਿਰ ਵਧੀਆ ਰਹਿੰਦਾ ਸਾਰਾ ਠੀਕ ਹੈ ਅਤੇ ਵਾਈਟਮਿਨਸ ਵਗੈਰਾ ਖਾਂਦੇ ਰਹੋ ਉਹ ਚੱਲੇ ਠੀਕ ਹੈ 6 ਮਹੀਨੇ 'ਚ ਇੱਕ ਵਾਰ ਟੈਸਟ ਕਰਾਓ ਠੀਕ ਹੈ